ਗੁਰਦੁਆਰਾ ਸ਼੍ਰੀ ਮੱਕਾ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਆਏ ਪਤੀ ਪਤਨੀ ਦੀ ਮੌਤ ਹੋ ਜਾਣ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਕਡੀਲਾ ਥਾਣਾ ਘੁਮਾਣਾ ਦੇ ਰਹਿਣ ਵਾਲੇ ਬਲਵੰਤ ਸਿੰਘ ਉਮਰ 50 ਸਾਲ ਅਤੇ ਉਹਨਾਂ ਦੀ ਪਤਨੀ ਰਜਵੰਤ ਕੌਰ ਉਮਰ 45 ਸਾਲ ਹਰ ਐਤਵਾਰ ਨੂੰ ਗੁਰਦਾਸਪੁਰ ਦੇ ਕਸਬਾ ਕਾਦੀਆਂ ਵਿਖੇ ਪਿੰਡ ਰੀਲਾ ਕਲਾ ਗੁਰਦੁਆਰਾ ਮੱਕਾ ਸਾਹਿਬ ਮੱਥਾ ਟੇਕਣ ਆਉਂਦੇ ਸਨ ਅਤੇ ਅੱਜ ਸਵੇਰੇ ਵੀ ਬਲਵੰਤ ਸਿੰਘ ਆਪਣੀ ਪਤਨੀ ਦੇ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਏ ਹੋਏ ਸਨ ਅਤੇ ਇਸੇ ਦੇ ਦੌਰਾਨ ਇਸ਼ਨਾਨ ਲਈ ਜਦੋਂ ਸਰੋਵਰ ਲਈ ਉਤਰੇ ਤਾਂ ਉਹ ਸੰਭਲ ਨਹੀਂ ਸਕੇ। ਇਹ ਦੇਖਦਿਆਂ ਉਹਨਾਂ ਦੀ ਪਤਨੀ ਰਜਵੰਤ ਕੌਰ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਿਸ ਦੇ ਨਾਲ ਦੋਨਾਂ ਦੀ ਡੁੱਬਣ ਦੇ ਕਾਰਨ ਮੌਤ ਹੋ ਗਈ। ਡੁੱਬਣ ਦੀ ਜਾਣਕਾਰੀ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੇ ਪਿੰਡ ਵਾਸੀਆਂ ਨੂੰ ਦਿੱਤੀ ਜਿਸ ਤੋਂ ਬਾਅਦ ਪਿੰਡ ਵਾਸੀਆਂ ਦੀ ਮਦਦ ਨਾਲ ਦੋਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਤੋਂ ਬਾਅਦ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪਿੰਡ ਕਡੀਲਾ ਦੇ ਰਹਿਣ ਵਾਲੇ ਮ੍ਰਿਤਕਾਂ ਦੇ ਪੜੋਸੀ ਸੁਖਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਇੱਕ ਬੇਟੀ ਅਤੇ ਦੋ ਬੇਟੇ ਹਨ। ਉੱਥੇ ਹੀ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਹਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜੀ ਜਾ ਰਹੀ ਹੈ ਅਤੇ ਰਿਪੋਰਟ ਆਉਣ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਨਾਮ ਸਿੰਘ, ਸਰਪੰਚ ਬੀਲ ਕਲਾਂ ਜੀ। ਮੈਨੂੰ ਸਵੇਰੇ ਖਬਰ ਮਿਲੀ ਕਿ ਸਾਡੇ ਗੁਰਦੁਆਰਾ ਬਾਬਾ ਜੀ ਮੱਕਾ ਸਾਹਿਬ ਜੀ ਵਿੱਚ ਦੋ ਲਾਸ਼ਾਂ ਜਿਹੜੀਆਂ ਵਾ ਉਹ ਪਈਆਂ ਵਾ ਗੁਰਦੁਆਰਾ ਸਾਹਿਬ ਦੇ ਸਰੋਵਰ ਦੇ ਵਿੱਚ। ਅਤੇ ਆਪਾਂ ਉਦੋਂ ਹੀ, ਮੈਂ ਬਾਪੂ ਚੈਨਲ ਸਿੰਘ ਨੂੰ ਲੈ ਕੇ ਨਾਲ, ਅਸੀਂ ਉਦੋਂ ਹੀ ਪਹੁੰਚੇ ਹਾਂ। ਸਾਡਾ ਨਗਰ ਵੀ ਉੱਥੇ ਪੂਰਾ ਪਹੁੰਚ ਗਿਆ ਅਤੇ ਬਾਕੀ ਜਿਹੜੀ ਕਾਰਵਾਈ ਆ ਉਹ ਪੁਲਿਸ ਕਰ ਰਹੀ ਹੈ ਜੀ। ਪੁਲਿਸ ਕਰ ਰਹੀ, ਪੁਲਿਸ ਆ ਗਈ। ਇੱਕ ਨੀਲੇ ਪਿੰਡ ਦੇ ਆ ਜੀ, ਹਾਂਜੀ ਹਸਬੈਂਡ ਵਾਈਫ ਆ ਜੀ, ਉਹਨਾਂ ਦੀ ਸ਼ਨਾਖਤ ਹੋ ਗਈ ਹੈ। ਸ਼ਨਾਖਤ ਹਸਬੈਂਡ ਵਾਈਫ ਆ। ਮੇਰਾ ਨਾਂ ਸਰ ਸੁਖਦੇਵ ਸਿੰਘ ਆ, ਵਾਸੀ ਪਿੰਡ ਕੰਡੀਲਾ। ਇਹ ਮੇਰੇ ਗੁਆਂਢੀ ਨੇ ਬਲਵੰਤ ਸਿੰਘ ਅਤੇ ਰਜਵੰਤ ਕੌਰ। ਇਹ ਦੋਨੇ ਗੁਰਦੁਆਰਾ ਬਾਬਾ ਮੱਕਾ ਸਾਹਿਬ ਲੀਲਕਲਾਂ ਇਸ਼ਨਾਨ ਕਰਨ ਮੱਥਾ ਟੇਕਣ ਆਏ ਸੀ ਅਤੇ ਇਹਨਾਂ ਦੀ ਸਰੋਵਰ 'ਚ ਡੁੱਬਣ ਕਾਰਨ ਦੋਨਾਂ ਦੀ ਡੈਥ ਹੋ ਗਈ ਹੈ। ਤੇ 50 ਸਾਲ ਦੇ ਕਰੀਬ, 48 ਦੀ ਮੁੰਡੇ ਦੀ, 44 ਦੀ ਹੈ। ਬੱਚੇ ਦੋ ਬੇਟੇ ਆ ਤੇ ਇੱਕ ਬੇਟੀ ਆ। ਛੋਟੇ ਬੱਚੇ ਆ, ਬੜਾ ਧੱਕਾ ਹੋ ਗਿਆ। ਇਹ ਬਲਵੰਤ ਸਿੰਘ ਸਨ ਆਫ ਗੁਰਦੇਵ ਸਿੰਘ, ਜੋ ਕਿ ਜਿਹਦੀ ਏਜ 50 ਸਾਲ ਆ। ਇਹਦੀ ਵਾਈਫ ਰਜਵੰਤ ਕੌਰ, ਜਿਹੜੀ ਤਕਰੀਬਨ ਉਮਰ 45 ਕੁ ਸਾਲ ਆ। ਇਹ ਸਵੇਰੇ ਅੱਜ ਗੁਰਦੁਆਰਾ ਸਾਹਿਬ, ਐਤਵਾਰ ਇੱਥੇ ਮੱਕਾ ਸਾਹਿਬ ਆਮ ਸੰਗਤ ਮੱਥਾ ਟੇਕਣ ਵਾਸਤੇ ਆਉਂਦੀ ਆ। ਇਹ ਸਵੇਰੇ 5:15 ਵਜੇ ਆਪਣੇ ਪਿੰਡ ਕੰਡੀਲਾ, ਇਹਨਾਂ ਦਾ ਥਾਣਾ ਘੁਮਾਣ 'ਚ ਪੈਂਦਾ ਆ, ਉੱਥੋਂ ਮੱਥਾ ਟੇਕਣ ਵਾਸਤੇ ਇੱਥੇ ਮੱਕਾ ਸਾਹਿਬ ਆਏ ਸੀਗੇ। ਪਹਿਲਾਂ ਵੀ ਇਹ ਹਰ ਸੰਡੇ ਮੱਥਾ ਟੇਕਣ ਆਉਂਦੇ ਆ ਇੱਥੇ। ਉਹ ਜਦੋਂ ਕਦੇ ਸਰੋਵਰ 'ਚ ਗਏ ਆ ਇਸ਼ਨਾਨ ਕਰਦਾ, ਉੱਥੋਂ ਇਹਨੂੰ ਤੈਰਨਾ ਨਹੀਂ ਸੀਗਾ ਆਉਂਦਾ, ਇਹਦੀ ਡੁੱਬਣ ਨਾਲ ਇਹਨਾਂ ਦੀ ਮੌਤ ਹੋ ਗਈ ਆ। ਉਹ ਕਦੇ ਜਿਹੜਾ ਹਸਬੈਂਡ ਸੀਗਾ ਉਹ ਇਸ਼ਨਾਨ ਕਰਨ ਲੱਗ ਗਿਆ, ਲੇਡੀ ਜਦੋਂ ਕਦੇ ਉਹ ਡੁੱਬਿਆ, ਇਹ ਪਿੱਛੇ ਕੱਢਣ ਚਲੇ ਗਈ ਆ, ਉਹ ਕਾਰਨ ਜਿਹੜਾ ਇਹਦੀ ਮੌਤ ਹੋ ਗਈ ਆ ਦੋਨਾਂ ਦੀ ਡੁੱਬਣ ਕਾਰਨ। ਫਿਰ ਵੀ ਅਸੀਂ ਇਹਦੇ 'ਚ ਇਹਨਾਂ ਦੇ ਪੋਸਟਮਾਰਟਮ ਕਰਵਾ ਰਹੇ ਹਾਂ, ਜੋ ਵੀ ਫੈਕਟ ਸਾਹਮਣੇ ਆਏ ਕਾਰਵਾਈ।